ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਨਾਲ। ਪੰਜਾਬ ਅਪਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਐਸਟੀ ਦੇ ਵੱਲੋਂ ਜੋ ਪੁੱਛਗਿੱਛ ਅੱਜ ਕਰਨੀ ਸੀ ਉਹ ਮੁਕੰਮਲ ਕਰ ਲਈ ਗਈ ਆ। ਹਾਲਾਂਕਿ ਜਿਸ ਤਰੀਕੇ ਇਸ ਪੂਰੀ ਕਾਰਵਾਈ ਦੇ ਕਾਫੀ ਲੰਮਾ ਚੱਲਣ ਦੇ ਕਿਆਸ ਲਗਾਏ ਜਾ ਰਹੇ ਸੀ ਅਜਿਹਾ ਕੁਝ ਵੀ ਨਹੀਂ ਹੋਇਆ। ਕਾਫੀ ਘੱਟ ਸਮੇਂ ਦੇ ਵਿੱਚ ਐਸਟੀ ਆਪਣੀ ਪੁੱਛਗਿੱਛ ਮੁਕੰਮਲ ਕਰਕੇ ਚੰਡੀਗੜ੍ਹ ਦੇ ਸੈਕਟਰ 4 'ਚ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤੋਂ ਤੁਰ ਗਈ। ਇਸ ਮਗਰੋਂ ਸਾਬਕਾ ਮੁੱਖ ਮੰਤਰੀ ਬਾਦਲ ਮੀਡੀਆ ਦੇ ਮੁਖਾਤਿਬ ਹੋਏ ਅਤੇ ਕਿਹਾ ਕਿ ਐਸਆਈਟੀ ਕੋਲ ਉਹਨਾਂ ਤੋਂ ਪੁੱਛਣ ਲਈ ਕੋਈ ਵੀ ਜ਼ਿਆਦਾ ਸਵਾਲ ਨਹੀਂ ਸਨ ਅਤੇ ਇਸੇ ਲਈ 2-4 ਇੱਧਰ ਉੱਧਰ ਦੇ ਸਵਾਲ ਪੁੱਛ ਕੇ ਉਹ ਚਲੇ ਗਏ। ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁੱਛ ਪੜਤਾਲ ਦਾ ਮੁੱਖ ਮਕਸਦ ਉਹਨਾਂ ਨੂੰ ਗਵਾਹ ਤੋਂ ਮੁਲਜ਼ਮ 'ਚ ਤਬਦੀਲ ਕਰਨਾ ਹੈ ਅਤੇ ਐਸਆਈਟੀ ਉਹੀ ਰਿਪੋਰਟ ਲਿਖੇਗੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਲਿਖਵਾਉਣਗੇ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਐਸਆਈਟੀ ਉਹਨਾਂ ਨਾਲ ਕੀਤੀ ਗਈ ਪੁੱਛ ਪੜਤਾਲ ਤੋਂ ਸੰਤੁਸ਼ਟ ਹੈ। ਹੋਰ ਕੀ ਕੁਝ ਕਿਹਾ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਨੂੰ ਵੀ ਸੁਣਾਉਂਦੇ ਹਾਂ। ਨਹੀਂ ਤਾਂ ਸਭ ਨੂੰ ਪਤਾ ਕੀ ਉੱਥੇ ਕੋਰਟ ਪੂਰੇ ਹੋਇਆ, ਕੀ ਹੋਇਆ, ਜਿਹਨੇ ਕੀਤਾ ਉਹਨੂੰ ਭਾਵੇਂ ਸਫਾਏ ਦਿਓ। ਕਦੇ ਹੋਇਆ ਕਿ ਚੀਫ ਮਿਨਿਸਟਰ ਜਿਹੜਾ ਡੈਮੋਕ੍ਰੇਟਿਕਲੀ ਇਲੈਕਟਡ ਹੈੱਡ ਆਫ ਏ ਸਟੇਟ ਹੈ ਉਹ 307 ਦੇ ਮੁਕੱਦਮੇ 'ਚ ਉਹਨੂੰ ਗਵਾਹ ਦੇ ਤੌਰ 'ਤੇ ਪੇਸ਼ ਕੀਤਾ ਜਾਏ? ਮੇਰੇ ਖਿਆਲ ਹਿਸਟਰੀ 'ਚ ਕਦੇ ਨਹੀਂ। ਮੈਂ ਜ਼ਰੂਰ ਤੁਹਾਡੇ ਅੱਗੇ ਦੇਵਾਂਗਾ ਜਵਾਬ, ਭਾਵੇਂ ਤੁਸੀਂ ਸਿਰਫ ਜਿਹੜੀ ਘਟਨਾ ਹੋਈ ਆ ਕੋਰਟ ਪੂਰੇ ਉਹਦੇ ਮੁਤਲਕ ਪੁੱਛਣਾ ਚਾਹੁੰਦੇ, ਤੁਹਾਡੀ ਜਿਹੜਾ ਨੋਟਿਸ ਹੈ, ਪਰ ਮੈਂ ਫਿਰ ਵੀ ਜੋ ਵੀ ਸਵਾਲ ਤੁਸੀਂ ਪੁੱਛੋਗੇ, ਮੈਨੂੰ ਪਤਾ ਜਿਹੜੇ ਸਵਾਲ ਤੁਸੀਂ ਪੁੱਛਣੇ ਆ ਉਹਨਾਂ ਦਾ ਮੈਂ ਸਵਾਲ ਸਹੀ ਜਵਾਬ ਦਿਆਂ। ਇਸ ਕਰਕੇ ਉਹਨਾਂ ਨੇ ਜੋ ਸਵਾਲ ਇੱਧਰ ਉੱਧਰ ਦੇ 2-4 ਪੁੱਛਣੇ ਸਨ ਪੁੱਛੇ ਅਤੇ ਮੈਂ ਉਹਦਾ ਜਵਾਬ। CM ਨੇ ਪਹਿਲਾਂ ਵੀ ਇਹ ਸਟੇਟਮੈਂਟ ਦੇ ਦਿੱਤੀ ਹੈ ਔਰ ਸਾਰੇ ਆਖੀ ਜਾਂਦੇ ਅਸੀਂ ਬਾਦਲਾਂ ਨੂੰ ਐਂ ਕਰਨਾ ਅੰਦਰ ਦੇ ਦੇਣ ਮੈਨੂੰ ਕੀ ਫਰਕ ਪੈਂਦਾ। ਮੈਂ ਤਾਂ CM ਉਹਨੂੰ ਆਹਦਾ ਜਿਹੜੀ ਜੇਲ੍ਹ 'ਚ ਆਖਣ ਮੈਂ ਉੱਥੇ ਅਖੀ ਜਾਂਦਾ ਰਹਿੰਦਾ ਜਿਹੜਾ ਪਿਆ। ਇਹ ਤਾਂ ਐਵੇਂ ਗੱਲਾਂ ਨਾ, ਚਲੋ ਕੋਈ ਗੱਲ ਨਹੀਂ, ਸਮਝ ਨਹੀਂ ਆਉਂਦੀ। ਪਿਛਲੇ ਵਾਰ ਵੀ ਉਹਨਾਂ ਨੇ ਆਪਦੀ ਰਜੀਮ 'ਚ, ਚਲੋ ਮੈਨੂੰ ਤਾਂ ਸੁਖਬੀਰ ਤਾਂ ਕਹਿੰਦਾ, ਮੇਰੀ ਵਾਈਫ ਨੂੰ ਵੀ ਉਹਨਾਂ ਨੇ ਉਹ ਭੇਜਿਆ ਮੁਕੰਮਾ ਦਾ। ਇਸ ਕਰਕੇ ਵਿੰਡਿਕਟਿਵ ਨੇਚਰ ਨਾਲ ਅਕਾਲੀ ਦਲ ਨੂੰ ਤੇ ਧੱਬੇ ਲਾਉਂਦੇ ਹੈ, ਲੇਕਿਨ ਅਖੀਰ ਨੂੰ ਸੱਚਾਈ ਜਿਹੜੀ ਹੈ ਉਹ ਸੱਚਾਈ ਹੈ, ਝੂਠ ਝੂਠ ਹੈ ਸਾਹਮਣੇ ਆ। ਦੇਖੋ ਕੋਈ ਸਵਾਲ ਹੋਵੇ ਤਾਂ ਪੁੱਛਣ, ਕੀ ਪੁੱਛਣਗੇ? ਕੀ ਇੱਕ ਪੁੱਛਦੇ ਹੈ ਕਿ ਤੁਸੀਂ DGP ਨੂੰ ਕੀ ਆਖ? ਦੇਖੋ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ, ਪ੍ਰੈਸ ਵੀ ਜਾਣਦੇ, ਪੁਲਿਸ ਅਫਸਰ ਨੇ, ਮੈਂ ਅੱਜ ਤੱਕ ਨਹੀਂ ਕਿਹਾ ਕਿ ਕਿਤੇ ਕੋਈ ਗੋਲੀ ਚਲਾਓ। ਨਾ ਸੈਨੀ ਨੇ ਆਪਦੇ ਬਿਆਨ 'ਚ ਕਿਹਾ, ਅੱਜ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਿਸੇ ਨੇ ਲਿਖਤਾ ਸੀ, ਮੈਂ ਉਹਨੂੰ ਫਿਰ ਆਖਿਆ ਭਾਈ ਗੱਲ ਦੱਸ ਲੈਗੇ, ਤੁਸੀਂ ਸਾਡੀ ਜ਼ਿੰਦਗੀ ਨਾਲ ਖੇਲੋ ਨਾ, ਪ੍ਰੈਕਟਿਸ ਕਰੋ। ਉਹਨਾਂ ਨੇ ਆਖਿਆ ਚੰਗਾ ਜੀ, ਮੈਂ ਗਲਤੀ ਹੋ ਗਈ, ਮੈਂ ਉਹ ਕਹਿਣਾ ਨਹੀਂ ਚਾਹੁੰਦਾ ਕਿਹਨੇ ਆਖਿਆ ਕਿਹਨੇ ਨਹੀਂ। ਇਸ ਕਰਕੇ ਇਹੋ ਜਿਹੇ ਸਵਾਲ 2-4 ਪੁੱਛੇ ਔਰ ਮੈਨੂੰ ਕੀ ਪੁੱਛਣਾ ਸੀ? ਉਹਨਾਂ ਨੇ ਕੋਈ ਸਵਾਲ ਹੋਵੇ ਤਾਂ ਪੁੱਛਣ, ਪੁੱਛਿਆ ਸੀ ਉਹ ਮੈਂ ਮਾਫ਼ੀ ਦਿੱਤੀ ਜੀ, ਮੈਨੂੰ ਤਾਂ ਪਤਾ ਵੀ ਕੋਈ ਨਹੀਂ। ਮੈਂ ਤਾਂ ਬੇਅਦਬੀ ਹੋਈ ਜਿਹਨੇ ਦਿੱਤੀ, ਅਸੀਂ ਤਾਂ ਕਾਨੂੰਨ ਬਣਾਇਆ ਵੀ ਜਿਹੜਾ ਬੇਅਦਬੀ ਕਰਦਾ ਕੀ ਸੀ, 10 ਸਾਲ ਦੀ ਸਜ਼ਾ ਦਿਓ। ਸਵਾਲ ਪੁੱਛਿਆ ਜੀ, ਮੈਂ ਕਿਹਾ ਹੁਣ ਮੈਨੂੰ ਇੰਨਾ ਯਾਦ ਨਹੀਂ ਵੀ ਬੇਅਦਬੀਆਂ ਹੋਈਆਂ ਵਖੋਈਆਂ, ਅਸੀਂ ਉਹਦੇ 'ਤੇ ਐਕਸ਼ਨ ਲਏ, ਸਿੱਟ ਮੁਕਰਰ ਕੀਤੀ, ਜੋ ਕੁਛ ਸਾਰਾ ਕੀਤਾ ਉਹਨਾਂ ਦਾ। ਆਈ ਥਿੰਕ ਦੇਵਰ ਫੁੱਲੀ ਸੈਟਿਸਫਾਈਡ ਵਿਦ ਮਾਈ ਰਿਪਲਾਈਜ਼, ਬਟ ਦਾ ਰਿਜ਼ਲਟ ਵਿਲ ਬੀ ਨੋਨ ਆਫਟਰ ਦੇ ਗੇਵ ਦੇ ਰਿਪੋਰਟ। ਉਹ ਮੈਨੂੰ ਪਤਾ ਜਿਹੜਾ ਹੋਣਾ, ਉਹ ਸਾਨੂੰ ਗਵਾਹ ਤੋਂ ਮੁਲਜ਼ਮ ਬਣਾਉਣਾ। ਹੁਣ ਵੀ ਪੰਜਾਬ ਦੇ ਲੋਕਾਂ ਨੂੰ ਐਂ ਲੱਗਦਾ ਵੀ ਜਿਵੇਂ ਅਸੀਂ ਮੁਲਜ਼ਮ ਦੇ ਤੌਰ 'ਤੇ ਹਾਂ। ਇਸ ਮੁੱਦੇ ਤੇ ਹੋਰ ਵਿਸਥਾਰ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਗਗਨਦੀਪ ਚੌਹਾਨ ਮੇਰੇ ਨਾਲ ਜੁੜ ਚੁੱਕੇ ਨੇ। ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਕਿਵੇਂ ਦੇਖਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਦੇ ਇਸ ਪੂਰੇ ਜਿਹੜੇ ਬਿਆਨ ਉਹਨਾਂ ਨੇ ਦਿੱਤੇ ਨੇ। ਜੀ ਗਗਨ, ਕਿੱਦਾਂ ਦੇਖਿਆ ਜਾਵੇ ਅੱਜ ਜਿਹੜੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਹੋਈ ਆ ਉਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਬਾਅਦ ਜਿਹੜੀ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਆ, ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਇਕੱਲਾ ਇਕੱਲਾ ਬਿਆਨ ਕਹਾਣੀ ਪੇਸ਼ ਕਰਦਾ, ਕਿੱਦਾਂ ਸਾਰੀ ਚੀਜ਼ ਨੂੰ ਦੇਖਿਆ ਜਾਵੇ? ਬਿਲਕੁਲ ਹਰਦੀਪ, ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਇਹ ਬਿਲਕੁਲ ਮਸ਼ਹੂਰ ਗੱਲ ਹੈ ਕਿ ਉਹਨਾਂ ਨੂੰ ਇੱਕ ਅਜਿਹੇ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ ਜਿਸ 'ਤੇ ਜਦੋਂ ਵੀ ਕੋਈ ਸਿਆਸੀ ਮੁਸ਼ਕਿਲ ਪੈਂਦੀ ਹੈ ਜਾਂ ਕਿਸੇ ਵੀ ਤਰੀਕੇ ਦੀ ਜਦੋਂ ਕੋਈ ਵੱਡੀ ਮੁਸ਼ਕਿਲ ਪੈਂਦੀ ਹੈ ਤਾਂ ਉਸ ਦਾ ਜਵਾਬ ਉਹ ਸਿਆਸੀ ਤੌਰ 'ਤੇ ਦਿੰਦੇ ਹੈ, ਸਿਆਸੀ ਪੱਧਰ 'ਤੇ ਦਿੰਦੇ ਹੈ। ਇਹ ਜਿਹੜੀ ਅੱਜ ਪ੍ਰੈਸ ਨੂੰ ਉਹਨਾਂ ਦਾ ਮਿਲਣਾ, ਮੀਡੀਆ ਨੂੰ ਮਿਲਣਾ, ਮੀਡੀਆ ਨੂੰ ਮਿਲਣ ਤੋਂ ਪਹਿਲਾਂ SIT ਨੂੰ ਮਿਲਣਾ, SIT ਦੇ ਨਾਲ ਪੁੱਛਗਿੱਛ ਜਿਹੜੀ ਸੀਗੀ, ਪੁੱਛਗਿੱਛ ਦਾ ਦੌਰ ਚੱਲਣਾ, ਉਸ ਦਾ ਵੀ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਦੇ
ਨਾਲ ਐਸਆਈਟੀ ਨੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਕੀ ਕੁਝ ਪੁੱਛਿਆ ਗਿਆ ਹੈ, ਕੀ ਕੁਝ ਸਵਾਲ ਜਵਾਬ ਹੋਇਆ, ਇਸ ਨੂੰ ਲੈ ਕੇ ਮੀਡੀਆ ਦੇ ਕਈ ਸਾਰੇ ਸਵਾਲ ਸੀਗੇ। ਪ੍ਰਕਾਸ਼ ਸਿੰਘ ਬਾਦਲ ਜਦੋਂ ਮੀਡੀਆ ਦੇ ਮੁਖਾਤਿਬ ਹੁੰਦੇ ਆ ਤਾਂ ਸ਼ੁਰੂਆਤ ਜਿਹੜੀ ਹੈਗੀ ਉਹ ਸਿਆਸੀ ਪੱਧਰ ਤੇ ਕਰਦੇ ਆ, ਸਿਆਸੀ ਬਿਆਨ ਦੇ ਨਾਲ ਕਰਦੇ ਆ। ਯਾਨੀ ਐਸਆਈਟੀ ਦੀ ਪੁੱਛਗਿੱਛ ਜਿਹੜੀ ਸੀਗੀ, ਬੇਅਦਬੀ ਮਾਮਲੇ ਨੂੰ ਲੈ ਕੇ ਗੋਲੀਕਾਂਡ ਨੂੰ ਲੈ ਕੇ ਜਿਹੜੀ ਪੁੱਛਗਿੱਛ ਸੀਗੀ, ਉਸ ਦਾ ਜਵਾਬ ਉਹਨਾਂ ਨੇ ਸਿਆਸੀ ਪੱਧਰ ਤੇ ਦਿੱਤਾ। ਉਹਨਾਂ ਨੇ ਸਿੱਧਾ ਕਿਹਾ ਕਿ ਉਹਨਾਂ ਕੋਲ ਮੇਰੇ ਕੋਲੋਂ ਪੁੱਛਣ ਦੇ ਲਈ ਜਿਹੜਾ ਸੀਗਾ ਕੋਈ ਜ਼ਿਆਦਾ ਸਵਾਲ ਨਹੀਂ ਸੀਗੇ, ਦੋ ਚਾਰ ਇੱਧਰ ਉੱਧਰ ਦੇ ਸਵਾਲ ਪੁੱਛੇ ਤੇ ਉਹ ਚਲੇ ਗਏ। ਇਸ ਤੋਂ ਪਹਿਲਾਂ ਹੀ ਜੇਕਰ ਗੱਲ ਕਰੀਏ ਐਸਆਈਟੀ ਜਿਹੜੀ ਉਹਨਾਂ ਨੂੰ ਮਿਲਣ ਆਉਂਦੀ ਹੈ, ਇਹ ਆਪਣੇ ਆਪ ਵਿੱਚ ਕਈ ਸਾਰੀਆਂ ਗੱਲਾਂ ਇਸ ਪੂਰੀ ਮੁਲਾਕਾਤ ਵਿੱਚ ਅਹਿਮ ਨੇ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਚੀਫ ਮਿਨਿਸਟਰ ਨੂੰ ਇਸ ਮੁਲਾਕਾਤ ਵਿੱਚ ਇਸ ਪੁੱਛਗਿੱਛ ਵਿੱਚ ਸ਼ਾਮਿਲ ਕੀਤਾ ਗਿਆ, ਔਰ ਮੁਲਾਕਾਤ ਕਰਨ ਦੇ ਲਈ ਜਿਹੜੀ ਪੁੱਛਗਿੱਛ ਕਰਨ ਦੇ ਲਈ ਜਿਹੜੀ ਟੀਮ ਆਉਂਦੀ ਹੈ, ਉਸ ਟੀਮ ਦੀ ਅਗਵਾਈ ਕਰਨ ਵਾਲੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੁੱਖ ਮੰਤਰੀ ਬਾਹਰ ਆ ਕੇ ਰਿਸੀਵ ਕਰਦੇ ਨੇ। ਇਹ ਉਹਨਾਂ ਦੇ ਨੇਚਰ ਵਿੱਚ ਹੈ, ਸਿਆਸੀ ਨੇਚਰ ਜਿਹੜਾ ਉਹਨਾਂ ਦਾ ਹੈਗਾ ਜਾਂ ਉਹਨਾਂ ਦਾ ਜਨਰਲ ਨੇਚਰ ਜਿਹੜਾ ਹੈਗਾ, ਉਹ ਅਜਿਹੇ ਸ਼ਖਸੀਅਤ ਨੇ ਜਿਨ੍ਹਾਂ ਦੇ ਘਰ ਦੇ ਬਾਹਰ ਵੀ ਜੇਕਰ ਆ ਕੇ ਕੋਈ ਵਿਰੋਧੀ ਧਿਰ ਦਾ ਆਗੂ ਵੀ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਵੀ ਜਾ ਕੇ ਉਹ ਬਾਹਰ ਖੜ੍ਹੇ ਹੋ ਕੇ ਮਿਲਦੇ ਆ, ਬਾਹਰ ਜਾ ਕੇ ਉਸ ਦੇ ਨਾਲ ਮੁਲਾਕਾਤ ਕਰਦੇ ਆ, ਗੱਲਬਾਤ ਕਰਦੇ ਆ। ਕੁਝ ਅਜਿਹਾ ਹੀ ਅੱਜ ਐਸਆਈਟੀ ਦੇ ਨਾਲ ਵੀ ਉਹਨਾਂ ਨੇ ਕੀਤਾ। ਐਸਆਈਟੀ ਦੀ ਟੀਮ ਜਦੋਂ ਪਹਿਲਾਂ ਪਹੁੰਚੀ, ਐਸਆਈਟੀ ਜਦੋਂ ਪਹੁੰਚਦੀ ਹੈ ਉੱਥੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਬਾਹਰ ਜਾ ਕੇ ਖੁਦ ਰਿਸੀਵ ਕਰਦੇ ਨੇ, ਉਹਨਾਂ ਨੂੰ ਮਿਲਦੇ ਨੇ। ਪਰ ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਸੀਗਾ ਉਹ ਕਾਫੀ ਸਮਝਣ ਵਾਲੀ ਗੱਲ ਹੈ। ਉਹ ਇਹ ਕਹਿੰਦੇ ਨੇ ਕਿ ਐਸਆਈਟੀ ਦੇ ਚੇਅਰਮੈਨ ਜਿਹੜੇ ਸੀਗੇ ਉਹ ਨਹੀਂ ਆਏ ਨੇ, ਉਹਨਾਂ ਨੂੰ ਸੱਦਿਆ ਜਾਵੇ ਅਤੇ ਉਹਨਾਂ ਨੂੰ ਸੱਦਣ ਤੋਂ ਬਾਅਦ ਉਹ ਆਪ ਉਹਨਾਂ ਨੂੰ ਫੋਨ ਕਰਕੇ ਸੱਦੇ ਨੇ। ਇਹ ਜਿਹੜਾ ਮਾਮਲਾ ਹੈਗਾ ਕਿਤੇ ਨਾ ਕਿਤੇ ਗੁੰਝਲ ਹੈਗੀ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਰਾਈਟ ਹੈਗਾ ਕਿ ਉਹ ਐਸਆਈਟੀ ਦੇ ਚੀਫ ਨੂੰ ਸੱਦ ਸਕਣ, ਉਹ ਉਹਨਾਂ ਨੂੰ ਸੱਦ ਕੇ ਇਹ ਕਹਿ ਸਕਣ ਕਿ ਤੁਸੀਂ ਆ ਕੇ ਮੇਰੇ ਬਿਆਨ ਦਰਜ ਕਰੋ, ਕਿਉਂਕਿ ਐਸਆਈਟੀ ਦੇ ਬਾਕੀ ਦੇ ਅਫਸਰ ਵੀ ਜਿਹੜੇ ਹੈਗੇ ਉਹ ਆਈਪੀਐਸ ਅਫਸਰ ਹੈਗੇ ਆ। ਜੇ ਐਸਆਈਟੀ ਜਾਂਚ ਕਰ ਰਹੀ ਹੈ ਔਰ ਐਸਆਈਟੀ ਦੇ ਜਿੰਨੇ ਵੀ ਅਧਿਕਾਰੀ ਉੱਥੇ ਪਹੁੰਚਦੇ ਆ ਜਿਹੜੇ ਜਾਂਚ ਕਰ ਰਹੇ ਆ, ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਉਹ ਆਪਣੇ ਆਪ ਹੀ ਜ਼ਿੰਮੇਵਾਰ ਅਫਸਰ ਨੇ, ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਐਸਆਈਟੀ ਦੇ ਚੇਅਰਮੈਨ ਨੂੰ ਸੱਦੋ। ਉਸ ਤੋਂ ਬਾਅਦ ਜਿਹੜੀ ਪੁੱਛਗਿੱਛ ਹੋਈ ਹੈ, ਪੁੱਛਗਿੱਛ ਦੌਰਾਨ ਜਿਹੜੇ ਸਵਾਲ ਜਵਾਬ ਉਹਨਾਂ ਨੂੰ ਪੁੱਛੇ ਗਏ, ਕੀ ਸਵਾਲ ਹੋਏ, ਕੀ ਜਵਾਬ ਹੋਏ, ਇਹ ਬਿਹਤਰ ਪ੍ਰਕਾਸ਼ ਸਿੰਘ ਬਾਦਲ ਜਾਣਦੇ ਨੇ ਜਾਂ ਐਸਆਈਟੀ ਦੇ ਅਧਿਕਾਰੀ ਜਾਣਦੇ ਨੇ। ਪਰ ਇਸ ਪੂਰੀ ਪੁੱਛਗਿੱਛ ਤੋਂ ਬਾਅਦ ਐਸਆਈਟੀ ਦੇ ਅਧਿਕਾਰੀ ਜਿਹੜੇ ਸੀਗੇ ਉਹ ਸਿੱਧੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ, ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਸਿੱਧੇ ਉੱਥੋਂ ਰਵਾਨਾ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਆ ਕੇ ਮੀਡੀਆ ਦੇ ਰੂਬਰੂ ਹੁੰਦੇ ਨੇ ਔਰ ਉਹ ਮੀਡੀਆ ਨੂੰ ਉਸੇ ਤਰੀਕੇ ਨਾਲ ਡਿਕਟੇਟ ਕਰਦੇ ਨੇ ਜਿਹੜਾ ਉਹਨਾਂ ਦਾ ਅੰਦਾਜ਼ ਹੈ। ਸਿੱਧੇ ਤੌਰ 'ਤੇ ਜਦੋਂ ਉਹਨਾਂ ਨੂੰ ਹਾਰਡ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਤੇ ਨਾ ਕਿਤੇ ਉਹ ਸਵਾਲਾਂ ਤੋਂ ਬਚਦੇ ਨਜ਼ਰ ਆਏ ਔਰ ਉਹਨਾਂ ਨੇ ਕਿਤੇ ਨਾ ਕਿਤੇ ਘੁੰਮ ਘੁਮਾ ਕੇ ਇਹ ਗੱਲ ਕਹੀ ਕਿ ਇਹ ਜਿਹੜੇ ਸਵਾਲ ਉਹਨਾਂ ਦੇ ਕੋਲ ਦੋ ਚਾਰ ਸਵਾਲ ਸੀਗੇ ਉਹਨਾਂ ਨੇ ਪੁੱਛ ਲਏ, ਉਹ ਪੁੱਛ ਕੇ ਚਲੇ ਗਏ ਨੇ। ਸੋ ਇਹ ਜਿਹੜਾ ਜਵਾਬ ਦੇਣਾ ਇਹ ਆਪਣੇ ਆਪ ਵਿੱਚ ਕਾਫੀ ਅਹਿਮ ਸੀਗਾ। ਦੂਜੀ ਸਭ ਤੋਂ ਵੱਡੀ ਗੱਲ ਹਰਦੀਪ ਇਹਦੇ ਵਿੱਚ ਇਹ ਹੈ, ਜਿਹੜਾ ਸਾਡਾ ਭਾਈਚਾਰਾ ਵੀ ਜਿਹੜਾ ਮੀਡੀਆ ਭਾਈਚਾਰਾ ਜਿਹੜੀ ਗੱਲ ਨੂੰ ਕਿਤੇ ਨਾ ਕਿਤੇ ਅਣਗੋਲਿਆ ਕਰ ਰਿਹਾ, ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਗੱਲ ਅੱਜ ਬੜੀ ਅਹਿਮ ਕਹੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਲੜਾਈ ਹੈਗੀ ਹੈ, ਇੱਕ ਤਾਂ ਉਹਨਾਂ ਨੇ ਸਿੱਧੇ ਤੌਰ 'ਤੇ ਇਸ ਪੂਰੀ ਜਾਂਚ ਨੂੰ ਸਿਆਸੀ ਕਰਾਰ ਦਿੱਤਾ, ਉਹਨਾਂ ਨੇ ਕਿਹਾ ਕਿ ਉਹੀ ਜਾਂਚ ਰਿਪੋਰਟ ਵਿੱਚ ਲਿਖਿਆ ਜਾਏਗਾ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਲਿਖਵਾਉਣਾ ਚਾਹੁੰਦੇ ਨੇ, ਜੋ ਕੁਝ ਕੈਪਟਨ ਅਮਰਿੰਦਰ ਸਿੰਘ ਡਿਟੈਕਟ ਕਰਨਗੇ। ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਕਿ ਜੇ ਅਸੀਂ ਆਪਸ ਵਿੱਚ ਇਸੇ ਤਰੀਕੇ ਲੜਦੇ ਰਹਾਂਗੇ, ਇਸ ਲੜਾਈ ਨੇ ਸਾਡਾ ਨੁਕਸਾਨ ਕੀਤਾ, ਸਾਡਾ ਵੀ ਨੁਕਸਾਨ ਕੀਤਾ, ਕਾਂਗਰਸ ਦਾ ਵੀ ਨੁਕਸਾਨ ਕੀਤਾ। ਔਰ ਉਹਨਾਂ ਨੇ ਕਿਤੇ ਨਾ ਕਿਤੇ ਅੱਜ ਵੀ ਉਹੀ ਬਿਆਨ ਦੁਹਰਾਇਆ ਜਿਹੜਾ ਉਹ ਲਗਾਤਾਰ ਅਜਿਹੇ ਹਾਲਾਤਾਂ ਵਿੱਚ ਦੁਹਰਾਉਂਦੇ ਆ। ਉਹਨਾਂ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਅੰਦਰ ਜੇਕਰ ਅਮਨੋ ਅਮਾਨ ਹੈਗਾ ਤਾਂ ਉਹ ਸਿਰਫ ਅਕਾਲੀ ਭਾਜਪਾ ਦੀ ਵਜ੍ਹਾ ਕਰਕੇ ਹੈਗਾ, ਜੇਕਰ ਹਾਰਮਨੀ ਕਾਇਮ ਰੱਖਣ ਵਿੱਚ ਕੋਈ ਕਾਮਯਾਬ ਹੁੰਦਾ ਤਾਂ ਅਕਾਲੀ ਭਾਜਪਾ ਕਾਮਯਾਬ ਹੁੰਦੇ ਨੇ। ਕਾਂਗਰਸ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਚੈਲੰਜ ਕੀਤਾ ਕਿ ਪੰਜਾਬ ਦੀ ਅੰਦਰੂਨੀ ਜਿਹੜੀ ਸ਼ਾਂਤੀ ਹੈਗੀ ਹੈ ਉਸ ਦੇ ਲਈ ਇਹ ਸਾਰੀ ਕਾਰਵਾਈ ਕਿਤੇ ਨਾ ਕਿਤੇ ਨੁਕਸਾਨਦਾਇਕ ਹੋ ਸਕਦੀ ਹੈ। ਇਸ ਬਿਆਨ ਨੂੰ ਕਿਤੇ ਨਾ ਕਿਤੇ ਮੀਡੀਆ ਵੀ ਸਮਝਣ ਵਿੱਚ ਕਿਤੇ ਨਾ ਕਿਤੇ ਜਾਂ ਤਾਂ ਪਿੱਛੇ ਰਹਿ ਗਿਆ ਜਾਂ ਫਿਰ ਇਸ ਨੂੰ ਪਕੜ ਨਹੀਂ ਪਾ ਰਿਹਾ। ਯਾਨੀ ਕਿਤੇ ਨਾ ਕਿਤੇ ਇਨਡਾਇਰੈਕਟਲੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਚੈਲੰਜ ਵੀ ਜਿਹੜਾ ਹੈਗਾ ਸੂਬਾ ਸਰਕਾਰ ਦੇ ਸਾਹਮਣੇ ਖੜਾ ਕਰ ਦਿੱਤਾ ਆਪਣੇ ਇਸ ਬਿਆਨ ਦੇ ਰਾਹੀਂ। ਹਰਦੀਪ ਜੀ, ਗਗਨ, ਜੇ ਦੇਖਿਆ ਜਾਵੇ ਤਾਂ ਕੁੰਵਰ ਪ੍ਰਤਾਪ ਸਿੰਘ ਦੇ ਪਹੁੰਚਣ 'ਤੇ ਉਹਨਾਂ ਨੂੰ ਕਾਫੀ ਇਤਰਾਜ਼ ਸੀਗਾ, ਕਿਉਂਕਿ ਉਹਨਾਂ ਨੇ ਕੱਲ੍ਹ ਵੀ ਕਹਿ ਦਿੱਤਾ ਸੀ ਕਿ ਕੁੰਵਰ ਪ੍ਰਤਾਪ ਨੂੰ ਕਿਤੇ ਨਾ ਕਿਤੇ ਇਸ ਟੀਮ ਦੇ ਵਿੱਚੋਂ ਬਾਹਰ ਕੀਤਾ ਜਾਵੇ, ਉਹ ਬਾਇਸਡ ਨੇ, ਜਾਣੀ ਕਿ ਪੱਖਪਾਤ ਕਰ ਰਹੇ ਨੇ। ਪਿਛਲੇ ਸਮੇਂ ਦੀ ਸਰਕਾਰ ਦੇ ਦੌਰਾਨ ਵੀ ਉਹਨਾਂ ਦੇ ਕੋਈ ਜਿਹੜੇ ਸੰਬੰਧ ਸੀਗੇ ਅਕਾਲੀ ਦਲ ਦੇ ਨਾਲ ਕੋਈ ਨੇਕ ਨਹੀਂ ਰਹੇ, ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰਮੋਦ ਕੁਮਾਰ ਨੂੰ ਸੱਦਿਆ ਗਿਆ, ਕਿੱਦਾਂ ਦੇਖਦੇ ਇਸ ਸਿਨੈਰੀਓ ਨੂੰ? ਬਿਲਕੁਲ ਹਰਦੀਪ, ਆਪਣੇ ਆਪ ਵਿੱਚ ਇੰਟਰਸਟਿੰਗ ਚੀਜ਼ ਹੈ ਕਿ ਇੱਕ ਸ਼ਖਸ ਜਿਹਦੇ ਕੋਲੋਂ ਪੁੱਛਗਿੱਛ ਹੋਣੀ ਹੈ, ਐਸਆਈਟੀ ਹੈ, ਐਸਆਈਟੀ ਵਿੱਚ ਸਾਰੇ ਅਫਸਰ ਜਿਹੜੇ ਹੈਗੇ ਆਈਪੀਐਸ ਲੈਵਲ ਦੇ ਅਫਸਰ ਜਿਹੜੇ ਹੈਗੇ ਉਹ ਜਾ ਕੇ ਪੁੱਛਗਿੱਛ ਕਰਨਗੇ। ਇੱਕ ਆਈਪੀਐਸ ਅਫਸਰ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡਾ ਉਸ 'ਤੇ ਯਕੀਨ ਨਹੀਂ ਹੈਗਾ, ਤੁਸੀਂ ਆਪਣੀ ਐਸਆਈਟੀ ਜਿਹੜੀ ਹੈਗੀ ਹੈ ਸਿੱਟ ਦੇ ਚੇਅਰਮੈਨ ਨੂੰ ਬੁਲਾਓ, ਉਹਨਾਂ ਦੇ ਨਾਲ ਉਹ ਜਵਾਬ ਤਲਬ ਜਿਹੜਾ ਹੈਗਾ ਉਹ ਉਹਨਾਂ ਨੂੰ ਜਵਾਬ ਦੇਣਗੇ, ਉਹ ਸਵਾਲ ਪੁੱਛਣਗੇ ਤਾਂ ਉਹ ਉਹਨਾਂ ਨੂੰ ਬਿਆਨ ਦੇਣਗੇ। ਇਹ ਆਪਣੇ ਆਪ ਵਿੱਚ ਕਾਫੀ ਹੈਰਾਨ ਕਰਨ ਵਾਲੀ ਗੱਲ ਸੀ। ਔਰ ਦੂਜੀ ਸਭ ਤੋਂ ਵੱਡੀ ਗੱਲ, ਐਸਆਈਟੀ ਦੀ ਪੁੱਛਗਿੱਛ ਨੂੰ ਇਹ
ਪੁੱਛਗਿੱਛ ਹੋਵੇ, ਪਰ ਜਿਸ ਤਰੀਕੇ ਨਾਲ ਇਹ ਪੂਰੀ ਕਾਰਵਾਈ ਹੋਈ ਹੈ ਉਸ ਨੂੰ ਦੇਖ ਕੇ ਤਾਂ ਇਹ ਜਾਪਿਆ, ਪੂਰੇ ਮੀਡੀਆ ਨੂੰ ਵੀ ਇਹ ਲੱਗਿਆ ਕਿ ਸ਼ਾਇਦ SIT ਆਈ, ਬੈਠੀ, ਚਾਹ ਪਾਣੀ ਪੀਤਾ ਅਤੇ ਵਾਪਸ ਆ ਗਈ। ਯਾਨੀ ਕਿਤੇ ਨਾ ਕਿਤੇ ਇਹ ਪੂਰੇ ਦਾ ਪੂਰਾ ਇੱਕ ਇਹ ਵੀ ਲੱਗਦਾ ਹੈ ਕਿ ਬਾਹਰੋਂ ਦੇਖਣ ਨੂੰ ਇਹ ਲੱਗਦਾ ਹੈ ਕਿ ਜਾਂਚ ਹੋਈ ਹੈ, ਪੁੱਛ ਪੜਤਾਲ ਹੋਈ ਹੈ, ਜਾਂਚ ਹੋਈ ਹੈ, ਸਵਾਲ ਹੋਏ, ਪਰ ਕਿਤੇ ਨਾ ਕਿਤੇ ਇਹ ਪੂਰੇ ਦਾ ਪੂਰਾ ਇੱਕ ਸਿਆਸੀ ਪੱਧਰ 'ਤੇ ਇਹ ਵੀ ਲੱਗਦਾ ਹੈ ਕਿ ਸਾਰੀ ਡਿਕਟੇਸ਼ਨ, ਸਾਰੀ ਸਮਰੀ, ਸਾਰੀ ਸਕ੍ਰਿਪਟ ਜਿਹੜੀ ਹੈਗੀ ਹੈ ਪਹਿਲਾਂ ਤਿਆਰ ਹੋ ਚੁੱਕੀ ਹੈ ਔਰ ਉਸਨੂੰ ਸਿਰਫ ਇਨੈਕਟ ਕੀਤਾ ਜਾ ਰਿਹਾ। ਹਰਦੀਪ ਜੀ, ਗਗਨ ਬਹੁਤ ਬਹੁਤ ਸ਼ੁਕਰੀਆ ਤੁਸੀਂ ਤਮਾਮ ਜਾਣਕਾਰੀ ਦੀ, ਬਹੁਤ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਦੱਸ ਦਿਓ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਪੁੱਛਗਿੱਛ ਹੋਈ ਹੈ ਅਤੇ ਇਸ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਆਪਣੇ ਜਵਾਬ ਜਿਹੜੇ ਨੇ SIT ਦੇ ਅੱਗੇ ਰੱਖ ਦਿੱਤੇ ਨੇ ਅਤੇ SIT ਕਿਹਾ ਜਾ ਰਿਹਾ ਕਿ ਬਾਦਲ ਦੇ ਮੁਤਾਬਕ ਉਹਨਾਂ ਤੋਂ, ਉਹਨਾਂ ਦੇ ਜਵਾਬਾਂ ਤੋਂ ਸੰਤੁਸ਼ਟ ਹੈ। ਫਿਲਹਾਲ ਇੱਕ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਉਸ ਪਾਰ ਗੱਲ ਕਰਾਂਗੇ 84 ਨਾਲ ਜੁੜੀ ਇੱਕ ਵੱਡੀ ਖਬਰ ਦੀ, ਕਿਉਂਕਿ ਇਸ ਮਾਮਲੇ ਦੇ ਵਿੱਚ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ। ਤੁਸੀਂ ਦੇਖਦੇ ਰਹੋ ਜਸਟ ਟੀਵੀ।